ਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅਸੀਂ ਤੁਹਾਡੇ ਵਾਸਤੇ ਇੱਕ ਹੋਰ ਅਪਡੇਟ ਲੈ ਕੇ ਹਾਂ। ਜਿਵੇਂ ਜਿਵੇਂ ਨਵਾਂ ਸਾਲ ਚੜ੍ਹਿਆ ਹੈ, ਉੱਦਾਂ ਨਵੀਆਂ ਨਵੀਆਂ ਮੂਵੀਆਂ ਦੀ ਰਿਲੀਜ਼ ਡੇਟ ਕਨਫਰਮ ਹੋ ਜਾਂਦੀ ਹੈ, ਅਤੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਮੂਵੀ ਦੀ ਕਨਫਰਮ ਰਿਲੀਜ਼ ਡੇਟ ਲੈ ਕੇ ਆਏ ਹਾਂ। ਜੀ ਹਾਂ, ਮੂਵੀ ਜੋ ਹੈ ਗੁਰਨਾਮ ਭੁੱਲਰ ਦੀ, ਜਿਨ੍ਹਾਂ ਦੀ ਰੀਸੈਂਟ ਐਲਬਮ ਰਿਲੀਜ਼ ਹੋਈ ਆ ਇਮੇਜਿਨੇਸ਼ਨ। ਜੀ ਹਾਂ, ਜੋ ਉਹਦੇ ਗਾਣੇ ਬਹੁਤ ਵਧੀਆ ਨੇ, ਮੈਂ ਸਾਰੇ ਸੁਣ ਲਏ ਨੇ, ਅਤੇ ਇਹਨਾਂ ਦੀ ਇੱਕ ਹੋਰ ਨਵੀਂ ਮੂਵੀ ਦੀ ਰਿਲੀਜ਼ ਡੇਟ ਕਨਫਰਮ ਹੋ ਗਈ ਆ। ਜੀ ਹਾਂ, ਪਿਛਲੇ ਸਾਲ ਇਹਨਾਂ ਦੀਆਂ ਦੋ ਤਿੰਨ ਮੂਵੀ ਆਈਆਂ ਸੀ, ਲੇਖ, ਕੋਕਾ ਅਤੇ ਸਹੁਰਿਆਂ ਦਾ ਪਿੰਡ ਆ ਗਿਆ, ਰਿਲੀਜ਼ ਹੋਈਆਂ ਸੀ, ਜੋ ਸੁਪਰ ਡੁਪਰ ਹਿੱਟ ਹੋਈਆਂ, ਅਤੇ ਹੁਣ ਇਹਨਾਂ ਦੀ ਨਵੀਂ ਮੂਵੀ ਦੀ ਰਿਲੀਜ਼ ਡੇਟ ਕਨਫਰਮ ਹੋ ਗਈ ਆ, ਜਿਹਦੇ ਵਿੱਚ ਨਜ਼ਰ ਆਉਣਗੇ ਗੁਰਨਾਮ ਭੁੱਲਰ ਅਤੇ ਸ਼ਰਗੁਣ ਮਹਿਤਾ। ਸ਼ਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਆਪਾਂ ਕਮਿਸਟਰੀ ਦੇਖ ਚੁੱਕੇ ਹਾਂ, ਸੁਰਖੀ ਬਿੰਦੀ ਅਤੇ ਸਹੁਰਿਆਂ ਦਾ ਪਿੰਡ ਆ ਗਿਆ, ਤਾਂ ਉਹਨਾਂ ਦੀ ਇੱਕ ਹੋਰ ਮੂਵੀ ਦੀ ਰਿਲੀਜ਼ ਡੇਟ ਕਨਫਰਮ ਹੋ ਗਈ, ਜਿਹਦੇ ਵਿੱਚ ਦੋਵੇਂ ਜੋੜੀ ਦਿਖਣਗੀਆਂ, ਜਿਸ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਵੀ ਆ ਅਤੇ ਡਾਇਰੈਕਟ ਵੀ ਕਰ ਰਹੇ ਨੇ। ਇਸ ਮੂਵੀ ਦਾ ਨੇਮ ਹੈ ਨਿਗਾਹ ਮਾਰਦਾ ਆਵੀਂ ਵੇ। ਜੀ ਹਾਂ, ਨਿਗਾਹ ਮਾਰਦਾ ਆਵੀਂ ਵੇ ਇਹ ਮੂਵੀ ਦਾ ਨੇਮ ਹੈ, ਜੋ ਇਹ ਮੂਵੀ ਇਸ ਸਾਲ 17 ਮਾਰਚ ਨੂੰ ਰਿਲੀਜ਼ ਹੋਊਗੀ 2023 ਦੇ ਵਿੱਚ। ਜੀ ਹਾਂ, 17 ਮਾਰਚ ਨੂੰ ਇਹ ਦੇਖਣ ਮਿਲੇਗੀ ਸਿਨੇਮਾ ਘਰਾਂ ਦੇ ਵਿੱਚ, ਅਤੇ ਉਸਦੇ ਕੁਛ ਦਿਨਾਂ ਦੇ ਬਾਅਦ ਤੁਹਾਨੂੰ OTT 'ਤੇ ਦੇਖਣ ਮਿਲ ਜਾਵੇਗੀ, ਉਹ ਅਸੀਂ ਤੁਹਾਨੂੰ ਅਪਡੇਟ ਦੇ ਦਿਆਂਗੇ। ਥੈਂਕ ਯੂ, ਸਾਡੇ ਚੈਨਲ ਸਬਸਕ੍ਰਾਈਬ ਕਰ ਲਓ।